Z5 ऐप डाउनलोड करो ते देखो पूरे एपिसोड बिल्कुल फ्री। की होया तुसी सारे इना रोला क्यों पा रहे हो कि राजा सानु सारे नु छड़ के चले गए। मम्मी जी तुसी की कह रहे हो? ओहो एक्साइटमेंट च मैं ये की बोल गई? ਤੁਸੀਂ ਇਹ ਤਾਂ ਸੋਚ ਵੀ ਕਿੱਦਾਂ ਸਕਦੇ ਹੋ ਕਿ ਤੁਸੀਂ ਨਹੀਂ ਚਾਹੁੰਦੇ ਕਿ ਪਾਪਾ ਜੀ ਹਮੇਸ਼ਾ ਤੁਹਾਡੇ ਨਾਲ ਰਹਿਣ। ਜ਼ੁਬਾਨ ਸੰਭਾਲ ਕੇ ਗੱਲ ਕਰਨੇ ਆ। ਮੈਂ ਕਦੋਂ ਕਿਹਾ ਕਿ ਮੈਂ ਰਾਜਵੀਰ ਦੀ ਮੌਤ ਚਾਹੁੰਦੀ ਆ? ਮੰਨਿਆ ਮੰਮੀ ਜੀ ਤੁਸੀਂ ਇਦਾਂ ਨਹੀਂ ਕਿਹਾ, ਪਰ ਤੁਸੀਂ ਜੋ ਵੀ ਕਿਹਾ ਉਹਦਾ ਮਤਲਬ ਕੁਝ ਇਦਾਂ ਦਾ ਹੀ ਸੀ। ਜੇ ਇੱਕ ਸ਼ਬਦ ਵੀ ਹੋਰ ਬੋਲਿਆ ਨੈਣ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ। ਤੂੰ ਆਪਣੀ ਜ਼ੁਬਾਨ ਅੰਦਰ ਰੱਖਣਾ ਸਿੱਖ। ਤੇਰੀ ਹਿੰਮਤ ਕਿੱਦਾਂ ਹੋਈ ਕਿ ਤੂੰ ਮੇਰੇ ਤੇ ਇੰਨਾ ਵੱਡਾ ਇਲਜ਼ਾਮ ਲਗਾਵੇਂ? ਰਾਨੀ ਤਾਂ ਮੈਨੂੰ ਇਸ ਗੱਲ ਦੀ ਹੈ ਕਿ ਦਿਵਾਂਸ਼ ਚੁੱਪ ਚਾਪ ਖੜੇ ਹੋ ਕੇ ਸਭ ਕੁਝ ਸੁਣ ਰਿਹਾ। ਕਿਉਂ ਦਿਵਾਂਸ਼, ਤੇਰੀਆਂ ਅੱਖਾਂ ਦੇ ਸਾਹਮਣੇ ਤੇਰੀ ਵੋਟੀ ਤੇਰੀ ਮਾਂ ਦੀ ਇਨਸਲਟ ਕਰਦੀ ਹੈ ਤੇ ਤੈਨੂੰ ਕੋਈ ਫਰਕ ਨਹੀਂ ਪੈ ਰਿਹਾ? ਤੂੰ ਉਹਨੂੰ ਜਵਾਬ ਕਿਉਂ ਨਹੀਂ ਦੇ ਰਿਹਾ? ਪਹਿਲਾਂ ਤੇਰੀ ਮਾਂ ਵੱਲ ਕੋਈ ਉਂਗਲ ਵੀ ਕਰਦਾ ਸੀ ਨਾ ਤਾਂ ਤੂੰ ਉਹਦੀ ਉਂਗਲ ਮਰੋੜ ਦਿੰਦਾ ਸੀ, ਪਰ ਅੱਜ ਕਿ ਇਹਦੇ ਨਾਲ ਰਹਿ ਰਹਿ ਕੇ ਤੇਰਾ ਖੂਨ ਵੀ ਪਾਣੀ ਬਣ ਗਿਆ। ਸਿਆਣੇ ਠੀਕ ਹੀ ਕਹਿੰਦੇ ਨੇ, ਮਾੜਾ ਗਵਾਂਢ ਤੇ ਲਾਈ ਲੱਗ ਖਸਮ। ਰੱਬ ਕਿਸੇ ਨੂੰ ਨਾ ਹੀ ਦਵੇ ਤਾਂ ਚੰਗਾ। ਪਤਾ ਨੀ ਭਾਬੀ, ਪਰ ਮੈਨੂੰ ਲੱਗ ਰਿਹਾ ਕਿ ਇਸ ਵਾਰ ਨਏ ਨੇ ਸ਼ਾਇਦ ਤੁਹਾਡੇ ਤੋਂ ਸਹੀ ਸਵਾਲ ਪੁੱਛਿਆ। ਜਿਸ ਟੋਨ 'ਚ ਤੁਸੀਂ ਉਹ ਸਵਾਲ ਪੁੱਛਿਆ ਨਾ, ਉਸ ਟੋਨ ਨੂੰ ਸੁਣ ਕੇ ਸਾਨੂੰ ਸਭ ਨੂੰ ਵੀ ਇਹੀ ਲੱਗਿਆ ਕਿ ਸ਼ਾਇਦ ਤੁਸੀਂ ਰਾਜਵੀਰ ਦੇ ਜਾਣ ਦਾ ਹੀ ਵੇਟ ਕਰ ਰਹੇ ਹੋ। ਉਹ ਤਾਂ ਮਾਮਲਾ ਹੁਣ ਇੱਥੋਂ ਤੱਕ ਪਹੁੰਚ ਗਿਆ, ਹੁਣ ਇਹਨੂੰ ਵੀ ਨਿਆ ਨਹੀਂ ਸਹੀ ਲੱਗ ਰਹੀ ਹੈ, ਹੁਣ ਇਹਨੂੰ ਕਿੱਦਾਂ ਸਮਝਾਵਾਂ? ਵਾਹ ਅਲਕਾ ਵਾਹ, ਤੂੰ ਵੀ ਅੱਜ ਨਿਆਂ ਦੀ ਬੋਲੀ ਬੋਲਣ ਲੱਗ ਪਈ। ਮੈਂ ਕਦੇ ਕਿਸੇ ਦੀ ਬੋਲੀ ਨਹੀਂ ਬੋਲਦੀ ਭਾਬੀ, ਤੇ ਇਹ ਗੱਲ ਸ਼ਾਇਦ ਤੁਸੀਂ ਬਹੁਤ ਚੰਗੀ ਤਰ੍ਹਾਂ ਨਾਲ ਜਾਣਦੇ ਹੋ। ਮੈਂ ਸਿਰਫ ਉਹੀ ਕਹਿੰਦੀ ਹਾਂ ਜੋ ਸਹੀ ਹੁੰਦਾ ਹੈ। ਲੱਗਦਾ ਇਹ ਮਾਮਲਾ ਗੁੱਸੇ ਨਾਲ ਨਹੀਂ, ਰੋ ਧੋ ਕੇ ਹੀ ਠੰਡਾ ਕਰਨਾ ਪਏਗਾ। ਮੈਂ ਅੱਜ ਤੁਹਾਡੇ ਸਾਰਿਆਂ ਤੋਂ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਆਖਿਰ ਮੈਂ ਤੁਹਾਡਾ ਵਿਗਾੜਿਆ ਕੀ ਹੈ? ਮੈਂ ਇਹੋ ਜਿਹਾ ਕੀ ਕੀਤਾ ਹੈ ਕਿ ਸਾਰੇ ਤੁਸੀਂ ਮੇਰੇ ਖਿਲਾਫ ਖੜੇ ਹੋ ਗਏ ਹੋ? ਰਾਜਵੀਰ ਮੇਰੇ ਹਸਬੈਂਡ ਹੈ। ਅੱਜ ਜਿੰਨੀ ਫਿਕਰ ਮੈਨੂੰ ਉਹਨਾਂ ਦੀ ਹੋ ਰਹੀ ਹੈ, ਉਨੀ ਤਾਂ ਤੁਹਾਨੂੰ ਕਿਸੇ ਨੂੰ ਵੀ ਨਹੀਂ ਹੋ ਰਹੀ ਹੋਣੀ। ਮੈਂ ਤਾਂ ਕਮਰੇ ਦੇ ਬਾਹਰ ਤੁਹਾਨੂੰ ਰੋਲਾ ਪਾਉਂਦੇ ਵੇਖਿਆ ਤਾਂ ਆ ਕੇ ਪੁੱਛ ਲਿਆ ਕਿ ਉਹ ਠੀਕ ਵੀ ਹੈ ਜਾਂ ਨਹੀਂ, ਤੇ ਤੁਸੀਂ ਸਾਰਿਆਂ ਨੇ ਉਹਦਾ ਪੁੱਠਾ ਹੀ ਮਤਲਬ ਕੱਢ ਲਿਆ। ਰਾਜਵੀਰ ਮੇਰੇ ਸੁਹਾਗ ਹੈ, ਅਗਰ ਉਹਨਾਂ ਨੂੰ ਕੁਛ ਹੋ ਜਾਂਦਾ ਹੈ ਤਾਂ ਸਭ ਤੋਂ ਵੱਧ ਫਰਕ ਤਾਂ ਮੈਨੂੰ ਹੀ ਪੈਣਾ ਹੈ ਨਾ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।